कनेडा दे गुरुद्वारियां ते खालिस्तानियां दा राज, भारत खिलाफ रचियां जा रहियां वड्डियां साजिशां, खुफिया एजेंसियां ने दित्ते इनपुट, क्यों खालिस्तानी अतवादियां दा अड्डा बने कनेडा दे गुरुद्वारे, जानो इस खास रिपोर्ट च। कुछ समय पहला कनेडा दे प्रधानमंत्री जस्टिन ट्रूडो दा बयान सामने आंदा है, जिस तो बाद दोनों देशों विच तलखियां वध जांदियां ने। इस विवाद नाल जुड़ियां तुसी खबरां मीडिया चैनल्स दे उपर सुनियां होवेगियां, पर हुण एक अजिही जानकारी सामने आ रही है जो कि हर एक भारती नूं हिला के रख देवेगी। खुफिया एजेंसी दे सूत्रां अनुसार कनेडा दे 8 होर गुरुद्वारियां विच जनमत संग्रह राहीं भारत विरोधी एजेंडे दा प्रचार होना शुरू हो गया है। की ने खुफिया इनपुट? सूत्रां ने दस्या है कि कनेडा च 8 अजिहे गुरुद्वारे हन जिन्हां ने खालिस्तानी वक्खवादी अतवादियां दा सीधा प्रभाव है, जिन्हां च सरी दा गुरुद्वारा प्रमुख है, जिसकी कमेटी अतवादी हरदीप सिंह निज्जर की अगवाई च सी। इन्हां गुरुद्वारियां राहीं शुरुआती निशाना कनेडा विच रह रहे 5000 सिख हन जिन्हां नूं भड़काउण की साजिश रची जा रही है। ਇਹ ਗੁਰਦੁਆਰੇ ਸਰੀ, ਬ੍ਰਿਟਿਸ਼ ਕੋਲੰਬੀਆ, ਬ੍ਰੈਂਪਟਨ ਅਤੇ ਐਮਟਸਫੋਰਡ ਵਿੱਚ ਹਨ। ਇਹ ਵੀ ਗੁਰਦੁਆਰੇ ਨੇ ਨਿਸ਼ਾਨੇ ਤੇ। ਬਹੁਤੇ ਗੁਰਦੁਆਰੇ ਜੋ ਖਾਲਿਸਤਾਨੀ ਅਤਵਾਦੀਆਂ ਦੇ ਨਿਸ਼ਾਨੇ ਤੇ ਹਨ, ਜੋ ਕਿ ਗੈਰ ਲਾਭਕਾਰੀ ਗੁਰਦੁਆਰੇ ਹਨ ਜਿਨ੍ਹਾਂ ਦਾ ਪ੍ਰਬੰਧ ਚੋਣਾਂ ਰਾਹੀਂ ਤੈਅ ਕੀਤਾ ਜਾਂਦਾ ਹੈ, ਇਹ ਵੀ ਗੁਰਦੁਆਰੇ ਨੇ ਨਿਸ਼ਾਨੇ ਤੇ। ਬਹੁਤੇ ਗੁਰਦੁਆਰੇ ਜੋ ਖਾਲਿਸਤਾਨੀ ਅਤਵਾਦੀਆਂ ਦੇ ਨਿਸ਼ਾਨੇ ਤੇ ਹਨ, ਜੋ ਕਿ ਗੈਰ ਲਾਭਕਾਰੀ ਗੁਰਦੁਆਰੇ ਹਨ ਜਿਨ੍ਹਾਂ ਦਾ ਪ੍ਰਬੰਧ ਚੋਣਾਂ ਰਾਹੀਂ ਤੈਅ ਕੀਤਾ ਜਾਂਦਾ ਹੈ, ਤੇ ਇਹ ਉਹ ਗੁਰਦੁਆਰੇ ਹਨ ਜਿਨ੍ਹਾਂ ਨੂੰ ਖਾਲਿਸਤਾਨੀ ਅਤਵਾਦੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ, ਗੁਰੂ ਨਾਨਕ ਸਿੰਘ ਟੈਂਪਲ, ਡਿਕਸੀ ਗੁਰਦੁਆਰਾ ਅਜਿਹੇ ਪ੍ਰਮੁੱਖ ਗੁਰਦੁਆਰੇ ਹਨ ਜਿੱਥੇ ਪਿਛਲੇ ਇੱਕ ਮਹੀਨੇ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਸੂਚਨਾ ਮਿਲੀ ਹੈ। ਇਹ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਏਜੰਸੀਆਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਸਾਰੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਭਾਰਤ ਨੇ ਨਿੱਜਰ ਨੂੰ ਅੱਤਵਾਦੀ ਕੀਤਾ ਸੀ ਘੋਸ਼ਿਤ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟ ਦੀ ਸੰਭਵ ਸ਼ਮੂਲੀਅਤ ਬਾਰੇ ਲਾਏ ਗਏ ਦੋਸ਼ਾਂ ਤੋਂ ਬਾਅਦ ਸਤੰਬਰ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵੱਧ ਗਿਆ ਸੀ। ਇਸ ਤੋਂ ਬਾਅਦ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਕੈਨੇਡੀਅਨ ਨਾਗਰਿਕਾਂ ਲਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਭਾਰਤ ਨੇ 2020 ਵਿੱਚ ਨਿੱਜਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋ ਦੇਸ਼ਾਂ ਨੂੰ ਬੇਹੁਦਾ ਅਤੇ ਨਿਹਿਤ ਹਿੱਤਾਂ ਤੇ ਪ੍ਰੇਰਿਤ ਦੱਸਿਆ ਰੱਦ ਕਰ ਦਿੱਤਾ ਸੀ। ਫਿਲਹਾਲ ਇਸ ਰਿਪੋਰਟ 'ਚ ਇੰਨਾ ਹੀ। ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।